ਅਸਲਾਮੁ ਅਲੈਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖਦੇ ਪਏ ਜੀ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਮੇਰੇ ਤੱਕ ਪਹੁੰਚ ਸਕੇ। ਦੋਸਤਾਂ ਜੀ, ਮਾਸ਼ਾਅੱਲਾ ਜੀ, ਜੋੜਾ ਮੱਝਾਂ ਦਾ ਲੈ ਕੇ ਹਾਜ਼ਰ ਹੋਏ ਆ। ਮਾਸ਼ਾਅੱਲਾ ਬੜੀਆਂ ਲਾਜਵਾਬ, ਬੜੀਆਂ ਖੂਬਸੂਰਤ ਨੇ। ਦੋਸਤੋ, ਵੀਡੀਓ ਪਸੰਦ ਆਵੇ ਸ਼ੇਅਰ ਤੇ ਜ਼ਰੂਰ ਕਰਨਾ, ਆਪਣੇ ਕਮੈਂਟ ਤੋਂ ਸਾਰ ਕਰਨਾ। ਕੈਮਰਾਮੈਨ ਸਾਹਿਬ ਜਨਾਬ ਮੱਝਾਂ ਦਿਖਾਵਣਗੇ। ਪਹਿਲੇ ਨੰਬਰ ਤੇ ਮੀਣੀ ਹੈ, ਮਾਸ਼ਾਅੱਲਾ ਬੜਾ ਖੂਬਸੂਰਤ, ਬੜਾ ਲਾਜਵਾਬ ਥਣ ਲੱਗਿਆ। ਮਾਸ਼ਾਅੱਲਾ ਥੱਬੇ ਦਾ ਹਵਾਨਾ ਹੈ, ਬੜੀ ਖੂਬਸੂਰਤ ਹੈ। ਥਣਾਂ ਦੇ ਵਿੱਚ ਮਾਸ਼ਾਅੱਲਾ ਵੰਡਾਂ ਭੂਰੀਆਂ ਨੇ। ਕੈਮਰੇ ਦੀ ਨਜ਼ਰ ਮੇਰੇ ਵੀਰਾਂ ਨੂੰ ਆਪਾਂ ਹਰ ਇੱਕ ਚੀਜ਼ ਦੀ ਤਸੱਲੀ ਕਰਵਾਉਣੀ ਹੈ। ਦੋਨਾਂ ਅੱਖਾਂ ਦੇ ਵਿੱਚ ਬਰਾਬਰ ਜਵਾਬ ਹੈ, ਮੱਥੇ 'ਚ ਛੋਟੀ ਜਿਹੀ ਸਫੈਦ ਫੁੱਲੀ ਹੈ, ਇੱਕ ਸਿੰਘ ਦਾ ਖੋਲ ਥੋੜ੍ਹਾ ਜਿਹਾ ਲੱਥਾ ਹੋਇਆ। ਬਾਕੀ ਮਾਸ਼ਾਅੱਲਾ ਆਪਣੇ ਸਾਹਮਣੇ ਕੈਮਰੇ ਦੀ ਨਜ਼ਰ ਮੇਰੇ ਵੀਰਾਂ ਨੂੰ ਤਸੱਲੀ ਕਰਵਾਈ ਜਾ ਰਹੀ ਹੈ ਹਰ ਇੱਕ ਚੀਜ਼ ਦੀ। ਕਾਕੇ ਆ ਹੋ ਰਿਹਾ ਯਾਰ, ਖੋਲ ਇਹ। ਮਾਸ਼ਾਅੱਲਾ ਦੇਖੋ, ਸੂਹ ਦੇ ਡੋਡੇ ਤੱਕ ਹਵਾਨਾ ਹੈ ਮਾਸ਼ਾਅੱਲਾ। ਬਾਕੀ ਤਾਜ਼ੀ ਸੂਈ ਹੈ, ਤੁਹਾਨੂੰ ਪਤਾ ਹੈ ਕਿ ਜਾਨਵਰ ਜਦੋਂ ਇੱਕ ਵਾਰੀ ਤਾਜ਼ਾ ਸੂੰਦਾ, ਇੱਕ ਵਾਰੀ ਥੋੜ੍ਹਾ ਜਿਹਾ ਬੁੱਝ ਜਾਂਦਾ। ਬਾਕੀ ਲੈਣੇ ਦੇਣੇ ਮੁਕੱਦਰ ਨੇ ਮਾਸ਼ਾਅੱਲਾ, ਕਿਸੇ ਕਿਸਮ ਦੀ ਮੱਝ ਦੇ ਵਿੱਚ ਕੋਈ ਕਮੀ ਕਤਾਈ ਨਹੀਂ, ਲੈਣੇ ਦੇਣੇ ਮੁਕੱਦਰ ਨੇ। ਜਾਨਵਰ ਮਾਸ਼ਾਅੱਲਾ ਬੜਾ ਕੁਆਲਿਟੀ ਵਾਲਾ ਅਤੇ ਬੜਾ ਖੂਬਸੂਰਤ ਹੈ। ਕੱਦ ਵੱਡਾ, ਛੋਟੇ ਕੱਦ 'ਚ ਨਹੀਂ ਹੈਗੀ, ਥਣ ਬੜਾ ਖੂਬਸੂਰਤ ਹੈ। ਬਾਕੀ ਇਸ ਟਾਈਮ ਮਾਲਕਾਂ ਦਾ ਕਹਿਣਾ ਕਿ ਬੋਲੇ ਦੇ ਵਿੱਚ, ਬਾਕੀ ਹਾਜ਼ਰ ਟਾਈਮ ਕਿੰਨਾ ਕੁ ਦੁੱਧ ਦੇ ਰਹੀ ਹੈ, ਕੀ ਹਿਸਾਬ ਕਿਤਾਬ ਹੈ, ਸਾਰਾ ਕੁਛ ਹੀ ਜਨਾਬ ਮਾਲਕਾਂ ਕੋਲੋਂ ਪੁੱਛਿਆ ਜਾਣਾ। ਤੁੰਨੀ ਕੋਲੀ ਦਾ ਨਿਸ਼ਾਨ ਤੱਕ ਨਹੀਂ ਹੈਗਾ। ਇਹ ਜਨਾਬ ਨਜ਼ਰ ਮਾਰੋ, ਹਰ ਇੱਕ ਚੀਜ਼ ਬਿਲਕੁਲ ਆਪਣੇ ਸਾਹਮਣੇ ਹੈਗੀ ਹੈ। ਤਸੱਲੀ ਦੇ ਨਾਲ ਮੇਰੇ ਵੀਰਾਂ ਨੂੰ ਜਨਾਬ ਜਾਨਵਰ ਦਿਖਾਇਆ ਜਾ ਰਿਹਾ। ਮਾਸ਼ਾਅੱਲਾ ਬਹੁਤ ਖੂਬਸੂਰਤ ਅਤੇ ਨਾ ਬਾਈ ਦੇ ਵਿੱਚ ਫਰਕ ਹੈ, ਬਿਲਕੁਲ ਹਵਾਨਾ ਇੱਕੋ ਜਿਹਾ ਹਵਾਨਾ ਹੈ। ਜਨਾਬ ਮਾਸ਼ਾਅੱਲਾ ਬੜੀ ਖੂਬਸੂਰਤ ਅਤੇ ਬੜੀ ਲਾਜਵਾਬ ਹੈ। ਕੈਮਰਾਮੈਨ ਸਾਹਿਬ ਜਨਾਬ ਤੁਹਾਨੂੰ ਤਸੱਲੀਆਂ ਕਰਵਾ ਰਹੇ ਨੇ, ਲੈਣੇ ਦੇਣੇ ਮੁਕੱਦਰ ਨੇ, ਚੋਟੀ ਆਪਣੇ ਸਾਹਮਣੇ, ਇਹ ਦੂਜੇ ਨੇ ਜਾਂ ਪਹਿਲੇ ਨੇ ਜਾਂ ਤੀਸਰੇ ਸੂਬੇ, ਹਰ ਇੱਕ ਚੀਜ਼ ਆਪਾਂ ਨੂੰ ਮਾਲਕ ਹੀ ਦੱਸਣਗੇ। ਮਾਸ਼ਾਅੱਲਾ ਬੜੀ ਲਾਜਵਾਬ ਅਤੇ ਬੜੀ ਖੂਬਸੂਰਤ ਹੈ। ਕੈਮਰੇ ਦੀ ਨਜ਼ਰ ਮੇਰੇ ਵੀਰ ਹਰ ਇੱਕ ਚੀਜ਼ ਦੀ ਤਸੱਲੀ ਕਰ ਰਹੇ ਨੇ। ਮਾਸ਼ਾਅੱਲਾ ਪੂਰਾ ਮੁੱਠ ਭਰ ਥਾਣੇ ਮੇਰੇ ਵੀਰਾਂ ਨੂੰ ਜਾਨਵਰ ਦੀ ਤਸੱਲੀ ਅਸੀਂ ਕਰਵਾ ਰਹੇ ਹਾਂ। ਝੋਟੀ ਦੇ ਤੁਰਨ ਫਿਰਦੇ ਜਨਾਬ ਕਿਸੇ ਕਿਸਮ ਦੀ ਕੋਈ ਕਮੀ ਖਤਾਈ ਨਹੀਂ। ਮਾਸ਼ਾਅੱਲਾ ਬੜੀ ਲਾਜਵਾਬ ਹੈ, ਕੈਮਰੇ ਦੀ ਨਜ਼ਰ ਹੈ। ਇਹ ਜਨਾਬ ਦੇਖੋ, ਚਾਚੇ ਜੀ ਉੱਥੇ ਲੈ ਕੇ ਜਾ ਰਹੇ ਨੇ ਜਿੱਥੇ ਉਹਦਾ ਬੱਚਾ ਬੈਠਾ। ਇਹ ਜਨਾਬ ਇਹਦਾ ਬੱਚਾ ਹੈਗਾ, ਚਾਚਾ ਕੱਟੀ ਕੱਟਾ ਕੱਟੀ ਕੱਟੀ। ਇਹ ਦੋਸਤੋ ਥੱਲੇ ਟੋਟਲ ਕਾਲੀ ਸਿਆਹ ਕੱਟੀ, ਮਾਸ਼ਾਅੱਲਾ ਬੜੀ ਲਾਜਵਾਬ ਹੈ, ਬੜੀ ਖੂਬਸੂਰਤ ਹੈ। ਠੀਕ ਹੈ ਚਾਚੇ ਜੀ, ਇਹਨੂੰ ਬੰਨੋ, ਦੂਸਰੇ ਨੰਬਰ ਵਾਲੀ ਜਿਹੜੀ ਨਾ ਮੱਝ ਉਹ ਖੋਲੋ। ਇਹ ਦੋਸਤੋ ਥੱਲੇ ਕੱਟੀ ਹੈ। ਦੇਖੋ ਮਾਸ਼ਾਅੱਲਾ ਬਹੁਤ ਲਾਜਵਾਬ ਅਤੇ ਬੜਾ ਖੂਬਸੂਰਤ ਹਵਾਨਾ ਹੈ। ਹਰ ਇੱਕ ਚੀਜ਼ ਦੀ ਤਸੱਲੀ ਕੈਮਰੇ ਦੀ ਨਜ਼ਰ ਮੇਰੇ ਵੀਰਾਂ ਨੂੰ ਕਰਵਾ ਰਹੇ ਹਾਂ। ਇਸ ਤੋਂ ਬਾਅਦ ਜਨਾਬ ਦੂਸਰੇ ਨੰਬਰ ਵਾਲੀ ਝੋਟੀ ਕੈਮਰਾਮੈਨ ਸਾਹਿਬ ਤੁਹਾਨੂੰ ਦਿਖਾਉਂਦੇ ਨੇ। ਜਨਾਬ ਮੇਰੇ ਵੀਰ ਦੇਖ ਰਹੇ ਨੇ, ਮਾਸ਼ਾਅੱਲਾ ਬਹੁਤ ਪਿਆਰਾ ਅਤੇ ਬੜਾ ਖੂਬਸੂਰਤ ਥਣ ਲੱਗਿਆ, ਪੂਰਾ ਮੁੱਠ ਭਾਰੇ। ਕੈਮਰਾਮੈਨ ਸਾਹਿਬ ਜਨਾਬ ਤੁਹਾਨੂੰ ਤਸੱਲੀਆਂ ਕਰਵਾ ਰਹੇ ਨੇ ਜਾਨਵਰ ਦੀਆਂ, ਪੂਰਾ ਮੁੱਠ ਦਾ ਥਾਣ ਹੈ। ਤੁੰਨੀ ਕੋਲੀ ਤੋਂ ਮਾਸ਼ਾਅੱਲਾ ਬਿਲਕੁਲ ਸਾਫ਼ ਹੈ। ਮੱਝ ਦੇ ਜਨਾਬ ਤੁਰਨ ਫਿਰਦੇ ਜਨਾਬ ਕਿਸੇ ਕਿਸਮ ਦੀ ਕੋਈ ਕਮੀ ਖਤਾਈ ਨਹੀਂ, ਟੋਟਲ ਕਾਲੀ ਸਿਆਹ, ਸਿਰਫ ਥੋੜ੍ਹਾ ਜਿਹਾ ਦੁੰਬ ਸਫੈਦ ਹੈਗਾ। ਲੈਣੇ ਦੇਣੇ ਮੁਕੱਦਰ ਨੇ ਜਾਨਵਰ ਮੇਰੇ ਵੀਰਾਂ ਵਾਸਤੇ, ਆਪਾਂ ਕੁਆਲਿਟੀ ਵਾਲੇ ਲੈ ਕੇ ਹਾਜ਼ਰ ਹੋਈਦੇ ਨੇ। ਬੜੀ ਖੂਬਸੂਰਤ ਅਤੇ ਬੜੀ ਲਾਜਵਾਬ ਝੋਟੀ ਹੈ। ਚਾਚਾ ਇਹਨੂੰ ਬੱਚੇ ਵਾਲੀ ਸਾਈਡ 'ਤੇ ਚੱਲ, ਜਿਹੜਾ ਇਹਦਾ ਬੱਚਾ। ਮਾਸ਼ਾਅੱਲਾ ਜੀ, ਦੋਨਾਂ ਦੇ ਥੱਲੇ ਕੱਟੀਆਂ, ਬੜੀਆਂ ਲਾਜਵਾਬ ਮਾਸ਼ਾਅੱਲਾ ਜੀ। ਇਹ ਦੋਸਤੋ ਥੱਲੇ ਕੱਟੀਏ, ਇਹਦੇ ਵੀ ਪਹਿਲੇ ਨੰਬਰ ਵਾਲੀ ਥੱਲੇ ਵੀ ਕੱਟੀਏ, ਇਹਦੇ ਥੱਲੇ ਥੋੜ੍ਹਾ ਜਿਹਾ ਮੱਥਾ ਸਫੈਦ ਹੈ, ਕੱਟੀ ਮਾਸ਼ਾਅੱਲਾ ਬੜੀ ਲਾਜਵਾਬ ਹੈ ਵੀ। ਮਾਂ ਕਾਲੀ ਸਿਆਹ ਹੈ, ਕੱਟੀ ਦੇ ਮਾੜਾ ਜਿਹਾ ਮੱਥਾ ਸਫੈਦ ਹੈ, ਕਾਲੀਆਂ ਸਿਆਹ ਅੱਖਾਂ ਨੇ। ਮੇਰੇ ਵੀਰਾਂ ਨੂੰ ਜਾਨਵਰ ਦੀ ਆਪਾਂ ਟੂਰ ਫੇਰ ਕੇ ਤਸੱਲੀ ਕਰਵਾ ਦੇਣੀ ਹੈ, ਲੈਣੇ ਦੇਣੇ ਮੁਕੱਦਰ ਨੇ। ਬਾਕੀ ਮਾਲਕ ਤੋਂ ਜਨਾਬ ਆਪਾਂ ਹਰ ਇੱਕ ਚੀਜ਼ ਪੁੱਛਾਂਗੇ। ਚਾਚਾ ਉਹ ਆ ਹਾਜ਼ਰ ਰੱਖਿਆ, ਸਮਾਜ ਦਾ ਡਿਟੇਲ ਦੇ, ਜਿਹੜੀ ਹੈ ਮੀਣੀ ਹੈ, ਇਹ ਮੀਣੀ
ਇਹ ਚਾਚਾ ਕਿੰਨਵਾਂ ਸੁਬਾ ਸੂਈ ਮੱਝ ਆਪਣੀ? ਇਹ ਦੂਜਾ ਹੁਣ ਸੂਈ ਜੀ ਪਈ। ਅੱਛਾ ਦੂਸਰਾ ਸੁਬਾ ਹੁਣ ਸੂਈ ਹੈ। ਕਿੰਨੇ ਦਿਨਾਂ ਦੀ ਚਾਚਾ ਸੂਈ ਹੈ? ਇਹ ਚੋਂ ਇੱਕ ਦਿਨ ਦੀ ਸੂਈ ਹੋਈ। 4 ਦਿਨ ਹੋ ਗਏ ਸੂਈ ਨੂੰ। 4 ਦਿਨ ਹੋ ਗਏ। ਕਿੰਨਾ ਦੁੱਧ ਚੋਂਦਾ ਪਿਆ? 2 ਟਾਈਮ ਦਿਨ ਚੱਲੋ। ਇਹਦਾ 13 ਕਿਲੋ ਦੁੱਧ ਬੱਚੇ ਨੂੰ ਦੇ ਕੇ ਚੋਲ ਲੈਣਾ। ਬੱਚੇ ਨੂੰ ਕੱਟੀ ਨੂੰ ਦੇ ਕੇ 13 ਕਿਲੋ ਆਪਾਂ ਚੋਂਦੇ ਪਏ ਆ। ਹਾਂ ਦਵਾਂ ਟਾਈਮ। ਅੱਛਾ ਜੀ ਮੁਹੱਬਤ ਪਿਆਰ ਵਾਲਾ ਮੁੱਲ ਥਾਣਾ ਦੇ ਵਿੱਚ ਕੋਈ ਫਾਰਾ ਛੱਟਾ ਤਾਂ ਨਹੀਂ ਹੈਗਾ? ਉਹ 16 ਆਨੇ। ਕਲੀਅਰ ਹੈ? ਕਲੀਅਰ। ਗਾਰੰਟੀ ਵਾਲੀ ਗੱਲ। ਗਾਰੰਟੀ ਵਾਲੀ ਗੱਲ ਹੈ। ਚੋ ਚੋਈਸਾਂ ਐਵੇਂ ਤੁਹਾਨੂੰ। ਠੀਕ ਹੋ ਗਿਆ। ਅੱਛਾ ਇਹਦੇ ਪੈਸੇ ਕਿੰਨੇ? ਇਹਦਾ 3,80,000 ਰੁਪਏ। 3,80,000 ਤੇ ਜਿਹੜੀ ਇਹ ਛੋਟੀ ਭਾਈ ਇਹ ਪਹਿਲਾਂ ਨੇ ਦੂਜੇ ਨੇ? ਇਹ ਪਹਿਲੇ ਨੇ। ਅੱਛਾ ਪਹਿਲੇ ਨੇ। ਇਹ ਜਨਾਬ ਥੱਲੇ ਦੇ ਕੱਟੀਏ ਉਹ ਬਹਾਤੀ ਤੁਸੀਂ। ਇਹ ਕਿੰਨੇ ਦਿਨਾਂ ਦੇ ਕੱਟੀਆਂ? ਇਹ ਕਦੋਂ ਦੀ ਸੂਈ ਹੈ? ਇਹ ਵੀ ਪੰਜੋਂ 5 ਦਿਨਾਂ ਦੀ ਸੂਈ ਹੋਈ ਹੈ। ਅੱਛਾ ਇਹ 5 ਦਿਨਾਂ ਦੀ ਸੂਈ। ਹਾਂ। ਇਹਦੇ ਥੱਲੇ ਜਿਹੜਾ ਦੁੱਧ ਕਿੰਨਾ? ਇਸਦੇ 10 ਕਿਲੋ ਦੁੱਧ ਤੇ 10 ਕਿਲੋ। ਇਹਦੇ ਪੈਸੇ ਕਿੰਨੇ ਨੇ ਚਾਚਾ? ਇਹਦਾ 2,80,000। 2,80,000। ਦੋਸਤੋ ਰਾਬਤਾ ਨੰਬਰ 0307-6563-651 ਆਪਣਾ ਵਟਸਐਪ ਤੇ ਈਮੋ ਨੰਬਰ ਹੈ। ਉਮੀਦ ਕਰਾਂਗੇ ਕਿ ਅੱਜ ਦੀ ਵੀਡੀਓ ਮੇਰੇ ਦੋਸਤ ਪਸੰਦ ਆਈ। ਮਿਲਾਂਗੇ ਇੱਕ ਨਵੀਂ ਵੀਡੀਓ 'ਚ। ਅੱਲਾ ਹਾਫਿਜ਼।